ਨਾਭਾ ਵਿੱਚ ਰੋਟਰੀ ਕਲੱਬ ਵੱਲੋਂ ਸਮਾਜਿਕ ਕੰਮ ਲਗਾਤਾਰ ਉੱਚ ਪੱਧਰ 'ਤੇ ਜਾਰੀ ਹਨ। ਇਸੇ ਲੜੀ ਦੇ ਤਹਿਤ ਰੋਟਰੀ ਕਲੱਬ ਨਾਭਾ ਵੱਲੋਂ ਸਵਰਗੀ ਸਰਦਾਰ ਸਾਧੂ ਸਿੰਘ ਸਵਰਗੀ ਮਾਤਾ ਈਸ਼ਰ ਕੌਰ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਅਤੇ ਆਪਰੇਸ਼ਨ ਕੈਂਪ ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਰੋਟਰੀ ਭਵਨ ਪਟਿਆਲਾ ਗੇਟ ਨਾਭਾ ਵਿਖੇ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਐਡਵੋਕੇਟ ਨਿਤਿਨ ਜੈਨ, ਸੈਕਟਰੀ ਰਵਨੀਸ਼ ਗੋਇਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਵਿੱਚ ਵਿਧਾਇਕ ਗੁਰਦੇਵ ਦੇਵ ਮਾਨ, ਕਪਿਲ ਦੇਵ ਮਾਨ ਆਪਣੀ ਪੂਰੀ ਟੀਮ ਨਾਲ ਪਹੁੰਚੇ ਸਨ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਅਤੁਲ ਕੱਕੜ ਅਤੇ ਉਹਨਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਗਏ ਅਤੇ ਮਰੀਜ਼ਾਂ ਦੇ ਸਾਰੇ ਟੈਸਟ ਅਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਸਤਿ ਸ਼੍ਰੀ ਅਕਾਲ ਜੀ। ਸਰ, ਇਸ ਮੌਕੇ ਦੀ ਡਿਮਾਂਡ ਹੈ, ਇੱਥੇ ਲੋਕ ਵਿਚਾਰੇ ਬਹੁਤ ਅੱਖਾਂ ਕੰਨੀਓ ਤਰਸ ਰਹੇ ਨੇ। ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਰੇਸ਼ਨ ਹੁੰਦਾ ਸੀ ਨਾ, ਤਾਂ ਹਰਾ ਜਿਹਾ ਪੱਟਾ ਲਟਕਾ ਦਿੰਦੇ ਸੀ, ਘੱਟੋ ਘੱਟ ਤਿੰਨ ਤਿੰਨ ਚਾਰ ਚਾਰ ਮਹੀਨੇ ਦੀ ਉਤਾਰਦੇ ਸੀ। ਅੱਜ ਇੰਨੀ ਤਰੱਕੀ ਹੋ ਗਈ ਹੈ ਸਾਡੇ ਦੇਸ਼ ਦੀ ਕਿ ਡਾਕਟਰ ਸਾਹਿਬ ਆਪਰੇਸ਼ਨ ਕਰਦੇ ਨੇ, ਪੱਟੀ ਬੰਨ੍ਹਦੇ ਨੇ, ਘਰੇ ਆ ਕੇ ਪੱਟੀ ਖੋਲ੍ਹ ਦਿਓ, ਤੁਹਾਨੂੰ ਨਵਾਂ ਸੰਸਾਰ ਦਿਖੇਗਾ, ਨਵੀਂ ਦੁਨੀਆ ਦਿਖੇਗੀ। ਇਸ ਕਰਕੇ ਇੱਥੇ ਆਏ ਸਾਰੇ ਮਹਿਮਾਨਾਂ ਦਾ ਅਸੀਂ ਦਿਲ ਦੀ ਗਹਿਰਾਈ ਨਾਲ ਧੰਨਵਾਦ ਕਰਦੇ ਹਾਂ। ਸੇਵਾ ਹੈ, ਸੇਵਾ ਕੀਤੀ ਜਾ ਸਕਦੀ ਹੈ ਤਾਂ ਕੀਤੀ ਜਾਊਗੀ ਅਗਰ ਸੇਵਾ ਕੋਈ ਕਰਾਉਣ ਵਾਲਾ ਹੋਊਗਾ। ਇਸ ਕਰਕੇ ਇੱਥੇ ਆਈ ਸਾਰੀ ਸੰਗਤ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਪੱਤਰਕਾਰ ਵੀਰਾਂ ਦਾ, ਮੀਡੀਆ ਦਾ, ਜਿਨ੍ਹਾਂ ਨੇ ਇਹ ਆਵਾਜ਼ ਸਾਰੇ ਦੇਸ਼ 'ਚ ਪਹੁੰਚਾਉਣੀ ਹੈ ਤਾਂ ਕਿ ਹੋਰ ਲੋਕਾਂ ਨੂੰ ਸੇਧ ਵੀ ਆਊਗੀ, ਹੋਰ ਦੁਨੀਆ ਬਹੁਤ ਪ੍ਰਦਾਨ ਕਰੂਗੀ। ਮੁਫ਼ਤ ਨੇ ਜੀ, ਉਹਨਾਂ ਦਾ ਰਹਿਣ ਦਾ ਪ੍ਰਬੰਧ, ਖਾਣ ਪੀਣ ਦਾ ਪ੍ਰਬੰਧ, ਲੈ ਕੇ ਜਾਣ ਦਾ ਪ੍ਰਬੰਧ ਸਾਰਾ ਰੋਟਰੀ ਕਲੱਬ ਕਰੂ। ਅੱਜ ਜਿਹੜਾ ਇਹ ਰੋਟਰੀ ਕਲੱਬ ਵਿੱਚ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਹੈ, ਇਹ ਸਾਡੇ ਮਲਕੀਤ ਐਗਰੋਟੈਕ ਵਾਲੇ ਨੇ, ਉਹਨਾਂ ਦੀ ਸਹਾਇਤਾ ਨਾਲ ਉਹਨਾਂ ਨੇ ਸਾਨੂੰ ਬਹੁਤ ਮਾਲੀ ਸਹਾਇਤਾ ਕੀਤੀ ਇਸ ਕੰਮ ਵਾਸਤੇ। ਪਰ ਜਿਹੜਾ ਰੋਟਰੀ ਕਲੱਬ ਹੈ, ਇਹ ਹਰ ਸਾਲ ਤਕਰੀਬਨ 2 ਜਾਂ 3 ਕੈਂਪ ਲਾਉਂਦਾ ਰਹਿੰਦਾ ਹੈ, ਜਿਹੜੇ ਕਿ ਮਰੀਜ਼ ਤਕਰੀਬਨ 100 ਦੇ ਅਸੀਂ ਤਕਰੀਬਨ ਇੱਕ ਕੈਂਪ 'ਚ ਆਪਰੇਸ਼ਨ ਕਰਦੇ ਹਾਂ। ਜਿਹੜੀ ਓ ਪੀ ਡੀ ਅੱਜ ਸਾਡੇ 450 ਦੀ ਓ ਪੀ ਡੀ ਵੀ ਹੋ ਜੂਗੀ ਅੱਜ ਇੱਥੇ। ਇਹ ਜਿਹੜਾ ਇੱਕ ਉਪਰਾਲਾ ਅਸੀਂ ਰੋਟਰੀ ਕਲੱਬ ਵਾਲੇ ਕਰ ਰਹੇ ਹਾਂ, ਤਕਰੀਬਨ 15-20 ਸਾਲ ਤੋਂ ਲਗਾਤਾਰ ਅਸੀਂ ਉਪਰਾਲਾ ਕਰਦੇ ਆ ਰਹੇ ਹਾਂ, ਜਿਹਦੇ ਵਿੱਚ ਮਾਨਵਤਾ ਦੀ ਸੇਵਾ ਲਈ ਰੋਟਰੀ ਇੰਟਰਨੈਸ਼ਨਲ ਵੀ ਸਾਡੀ ਹੈ। ਜਿਹੜਾ ਪਲਸ ਪੋਲੀਓ ਚੱਲਦਾ ਸੀ ਪਹਿਲਾਂ, ਜਿਹੜੇ ਲੋਕਾਂ ਨੂੰ ਪੋਲੀਓ ਹੁੰਦਾ ਸੀਗਾ, ਉਸ 'ਤੇ ਕਰੋੜਾਂ ਰੁਪਇਆ ਖਰਚ ਕਰਕੇ ਰੋਟਰੀ ਇੰਟਰਨੈਸ਼ਨਲ ਨੇ ਇਹਨੂੰ ਇੰਡੀਆ 'ਚੋਂ ਖਤਮ ਕੀਤਾ। ਅਸੀਂ ਇੱਦਾਂ ਹੀ ਜਿਹੜਾ ਆਹ ਵੀ ਸੇਵਾ ਹੈਗੀ ਅੱਖਾਂ ਦੇ ਲੋਕਾਂ ਦੇ ਪਲੇਸਾਂ ਦੀ ਸੇਵਾ, ਇਹ ਵੀ ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਇਸ ਚੀਜ਼ ਦੀ ਸਹਾਇਤ ਸਹੂਲਤ ਮਿਲੇ। ਧੰਨਵਾਦ। ਰੋਟਰੀ ਕਲੱਬ ਵੱਲੋਂ ਅੱਜ ਦੁਬਾਰਾ ਕੈਂਪ ਲਗਾਇਆ ਗਿਆ, ਜਿਹੜਾ 15 ਸਾਲ ਤੋਂ ਰੈਗੂਲਰ ਸਾਡੇ 3 ਕੈਂਪ ਚੱਲ ਰਹੇ ਹਨ, ਜਿਨ੍ਹਾਂ ਦੇ ਵਿੱਚ ਜਿਹੜੇ ਵੀ ਮਰੀਜ਼ ਇੱਥੇ ਨਿਕਲਦੇ ਆ, ਲੋੜਵੰਦ ਗਰੀਬ, ਉਹਨਾਂ ਦਾ ਅੱਖਾਂ ਦਾ ਕੀ ਆਪਰੇਸ਼ਨ ਕੀਤਾ ਜਾਂਦਾ, ਇਹ ਮਰੀਜ਼ਾਂ ਨੂੰ ਪਟਿਆਲੇ ਲਿਜਾ ਕੇ ਆਪਰੇਸ਼ਨ ਕਰਕੇ ਨਾਲ ਦੇ ਨਾਲ ਇੱਥੇ ਵਾਪਸ ਲਿਆ ਜਾਂਦਾ। ਅਗਲੇ ਦਿਨ ਉਹਨਾਂ ਦੀ ਪੱਟੀ ਖੋਲ੍ਹ ਕੇ ਉਹਨਾਂ ਨੂੰ ਫ੍ਰੀ ਦਵਾਈ ਚਸ਼ਮਾ ਦਿੰਦੇ ਹਾਂ, ਅਤੇ ਹਰ ਬੁੱਧਵਾਰ ਨੂੰ ਇੱਥੇ ਅਸੀਂ ਰੋਟਰੀ ਕਲੱਬ ਸ਼ਾਮ ਨੂੰ 4 ਵਜੇ ਇੱਕ ਫ੍ਰੀ ਚੈੱਕਅਪ ਹੁੰਦਾ, ਇਹ ਮਰੀਜ਼ ਜਦੋਂ ਮਰਜ਼ੀ ਆ ਕੇ ਆਪਣਾ ਫ੍ਰੀ ਚੈੱਕਅਪ ਕਰਾ ਸਕਦੇ ਹਾਂ, ਚਸ਼ਮੇ ਲੈ ਸਕਦੇ ਹਾਂ, ਦਵਾਈ ਲੈ ਸਕਦੇ ਹਾਂ। ਠੀਕ ਹੈ ਜੀ। ਹਾਂ, ਇਹ ਰੋਟਰੀ ਕਲੱਬ ਦੀ ਮਦਦ ਦੇ ਨਾਲ 110% ਟੋਟਲ ਫ੍ਰੀ ਆਪਰੇਸ਼ਨ, ਫ੍ਰੀ ਦਵਾਈ, ਫ੍ਰੀ ਚਸ਼ਮਾ ਅਤੇ ਫ੍ਰੀ ਚੈੱਕਅਪ ਇਹਨਾਂ ਨੂੰ ਜਿੰਨਾ ਟਾਈਮ ਇਹ ਚਾਹੁੰਗੇ। ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ, ਇਹ ਸਾਡਾ ਇਸ ਸਾਲ ਦਾ ਦੂਸਰਾ ਕੈਂਪ ਹੈ। ਪਹਿਲਾ ਕੈਂਪ ਡਾਕਟਰ ਅਤੁਲ ਕੱਕੜ ਜੀ ਨੇ ਆਪਣੇ ਫਾਦਰ ਸਾਹਿਬ ਦੀ ਯਾਦ ਚਲਵਾਇਆ ਸੀ, ਅਤੇ ਅੱਜ ਦਾ ਕੈਂਪ ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਿਟਡ ਦੇ ਸਾਡੇ ਚਰਨ ਸਿੰਘ ਜੀ, ਮਲਕੀਤ ਸਿੰਘ ਜੀ, ਇਹਨਾਂ ਨੇ ਆਪਣੇ ਮਾਤਾ ਪਿਤਾ ਦੀ ਨਿੱਘੀ ਯਾਦ ਦੇ ਵਿੱਚ ਇਹ ਕੈਂਪ ਲਗਵਾਇਆ ਹੈ। ਇਹ ਕੈਂਪ ਸਾਡਾ ਬੜਾ ਫੇਮਸ ਕੈਂਪ ਹੈ ਅੱਖਾਂ ਦੇ ਓਪਰੇਸ਼ਨ ਦਾ। ਇਹਦੇ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ, ਸ਼ਹਿਰ ਦੇ ਲੋਕ, ਐਸੇ ਜ਼ਰੂਰਤਮੰਦ ਲੋਕ ਜਿਹੜੇ ਆਪਣੀਆਂ ਅੱਖਾਂ ਦਾ ਓਪਰੇਸ਼ਨ ਨਹੀਂ ਕਰਾ ਸਕਦੇ, ਇਹ ਫੈਕੋ ਤਕਨੀਕ ਦੇ ਨਾਲ ਅਸੀਂ ਫ੍ਰੀ ਆਫ ਕੋਸਟ ਓਪਰੇਸ਼ਨ ਕਰਵਾਉਂਦੇ ਹਾਂ, ਜਿਹਦੇ ਵਿੱਚ ਸਾਰੀ ਦਵਾਈਆਂ ਦਾ ਖਰਚਾ, ਓਪਰੇਸ਼ਨ ਦਾ ਖਰਚਾ, ਟਰਾਂਸਪੋਰਟੇਸ਼ਨ ਦਾ ਖਰਚਾ, ਐਨਕਾਂ, ਇਹ ਸਾਰੀਆਂ ਰੋਟਰੀ ਕਲੱਬ ਨਾਭਾ ਵੱਲੋਂ ਫ੍ਰੀ ਦਿੱਤੀਆਂ ਜਾਂਦੀਆਂ ਨੇ। ਅਤੇ ਮਾਨਵਤਾ ਦੀ ਸੇਵਾ ਦੇ ਲਈ ਰੋਟਰੀ ਕਲੱਬ ਸ਼ੁਰੂ ਤੋਂ ਹੀ ਸਾਡੇ ਸਾਰੇ ਪਾਸਟ ਪ੍ਰੈਜੀਡੈਂਟ ਸਾਹਿਬਾਨ ਬੈਠੇ ਨੇ, ਇਹਨਾਂ ਦੀ ਗਾਈਡੈਂਸ ਦੇ ਹੇਠਾਂ ਪਹਿਲਾਂ ਵੀ ਕੰਮ ਕਰਦਾ ਰਿਹਾ ਅਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਦਾ ਕੰਮ ਚੱਲਦਾ ਰਹੇਗਾ ਜੀ। ਰੋਟਰੀ ਕਲੱਬ ਨਾਭਾ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਗਿਆ, ਹਰੇਕ ਸਾਲ ਇੱਥੇ ਮੈਡੀਕਲ ਕੈਂਪ ਲਾਉਂਦੇ ਨੇ। ਇਸ ਵਾਰ ਅੱਖਾਂ ਦਾ ਜਿਹੜਾ ਮੁਫਤ ਕੈਂਪ ਲਾਇਆ ਜੀ, ਅੱਖਾਂ ਦਾ ਇਲਾਜ ਕਰਨ ਵਾਸਤੇ ਇਹਦੇ ਵਿੱਚ ਲੈਂਜ ਪਾਏ ਜਾਂਦੇ ਨੇ, ਔਰ ਬਹੁਤ ਦੂਰੋਂ ਦੂਰੋਂ ਇੱਥੇ ਬਜ਼ੁਰਗ ਮਾਤਾਵਾਂ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ। ਇਹਦੇ ਬਹੁਤ ਉਮੀਦ ਲੈ ਕੇ ਆ ਕਿ ਸਾਡੀ ਅੱਖਾਂ ਦੀ ਰੋਸ਼ਨੀ ਵਾਪਸ ਆਏਗੀ। ਸੋ ਗਰੀਬ ਦੀ ਬਾਂਹ ਫੜਨੀ, ਇਹ ਰੋਟਰੀ ਕਲੱਬ ਨਾਭਾ ਦਾ ਬਹੁਤ ਵੱਡਾ ਉਪਰਾਲਾ। ਪਰਮਾਤਮਾ ਕਿਰਪਾ ਕਰੇ, ਕਲੱਬ ਹਮੇਸ਼ਾ ਤਰੱਕੀਆਂ ਕਰੇ ਔਰ ਹਰੇਕ ਸਾਲ ਇਸੇ ਤਰੀਕੇ ਨਾਲ ਜਿਹੜੇ ਜੀ ਕੈਂਪ ਲਾਉਂਦੇ ਰਹਿਣ। ਔਰ ਜਿੰਨੀ ਸਮੁੱਚੀ ਟੀਮ ਹੈ, ਜਿੰਨੇ ਪ੍ਰਧਾਨ ਸਾਹਿਬ, ਜਿੰਨੀ ਸਮੁੱਚੀ ਟੀਮ ਹੈ ਰੋਟਰੀ ਕਲੱਬ ਨਾਭਾ ਦੀ,
सारे मुबारकबाद के पात्र ने और खास करके मलकीत कंबाइन तो सरदार मलकीत सिंह जी और सरदार चरण सिंह जी इन्हों का बहुत वड्डा सहयोग है इस क्लब के नाल परमात्मा उन्होंने कारोबार के भी वाधा करे। सो एक बहुत वड्डा उपराला है जिहड़ा कि लोड़बंद की मदद करनी और किसी नूं नज़र देनी अखां दी ये बहुत वड्डी जिहड़ी है मैं समझदा सेवा जी परमात्मा जिन्होंने भी दानी सज्जन ने सब नूं चढ़दी कला च रखे और जिहड़े इत्थे आए ने अपने इलाज वास्ते जां जिहड़े उन्हां नूं लैके आए ने परमात्मा उन्हां दी कृपा रखे। सरकार बहुत ही हाई लैवल का हैल्थ सिस्टम जिहड़ा लैके आ रही है पंजाब दे विच। पंजाब दे विच मेरा ख्याल है कि कोई भी जिहड़ी बीमारी है कोई इहो जिही नहीं होएगी जिहदा इलाज मुफ्त नहीं होएगा और बहुत हाई स्केल पर असी बहुत वड्डे पद्धर से यह पंजाब दे विच एक हैल्थ रेवोल्यूशन जिहड़ा वो आने वाला है। इस कैंप नूं लैके नौजवान वासियों नौजवानों की मैसेज देना चाहूंगा? मैं बेनती करदा जिहड़े जिन्हां दा अच्छा कारोबार है बच्चों के जन्मदिन पर बड़े बड़े खर्चे करने की बजाय ब्याहों के बड़े बड़े खर्चे करने की बजाय किसी लोड़बंद की मदद करो किसी अखों का ऑपरेशन करवा दो किसी का इलाज करवा दो किसी बच्चे को कापी पेंसिल लैके दे दो किसी गरीब को जुत्ते दवा दो किसी को कपड़े दवा दो सर्दियों दिन आ रहे हैं अगर किसी के घर कोई खाना नहीं है उन्होंने थोड़ा बहुत जिनी मदद हो सकती खाने के मदद करो किसी गरीब बच्चे की फीस भर दो ये सब तो वड्डी सेवा जी और नौजवान जिहड़ा जी कर्म नालों दूर हुंदा जा रहा नौजवान ईजी लाइफ ईजी मनी बुलट लैके बुलट के पटाके पाउण जोगा रह गया। मैं बेनती करदा नौजवानों कि सारे तुसी जुड़ो और अपने समाज लिए काम करो जे तुसी अपने समाज लिए काम करोगे तो परमात्मा तुहानू सारा कुछ देगा अदरवाइज जिंदगी बड़ी कीमती आई निकल जाएगी। नापा तो जतिंदर कुमार की रिपोर्ट। आपके पूरे परिवार के लिए सेहत का खजाना लाया है आपका अपना लोकल ब्रांड GSSL। बच्चों से लेकर बुजुर्गों तक सबके लिए इम्यूनिटी से भरपूर जी हर्ब्स आयुर्वेदिक प्रोडक्ट्स रेंज जैसे जी शार्प मेमोरी सिरप हेल्थ बूस्टर नोनी जूस और भी बहुत कुछ स्वस्थ उज्जवल भविष्य। फॉर इंक्वायरी कॉल 9815161028।